ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਸਾਥੀਆਂ ਦੀ, ਜਿਹੜੇ ਸਾਥੀ ਨੋਟਸ ਦੀ ਭਾਲ ਵਿੱਚ ਇੱਧਰ ਉੱਧਰ ਕਮੈਂਟ ਕਰਦੇ ਰਹਿੰਦੇ ਨੇ, ਐਂਡ ਐਗਜ਼ਾਮ ਦੇ ਟਾਈਮ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਆਪਦੇ ਪੇਪਰ ਦੀ ਤਿਆਰੀ ਕਰਨ ਦਾ, ਜਿਹਦੇ ਕਰਕੇ ਉਹਨਾਂ ਦਾ ਪੇਪਰ ਕਲੀਅਰ ਨਹੀਂ ਹੁੰਦਾ। ਸੋ ਉਹਨਾਂ ਸਾਥੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਾਂ ਇਸ ਵੀਡੀਓ ਨੂੰ ਬਣਾ ਰਹੇ ਹਾਂ। ਅੱਜ ਦੇ 4G ਐਂਡ 5G ਦੇ ਜ਼ਮਾਨੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ YouTube 'ਤੇ ਕੋਈ ਵੀ ਇਹੋ ਜਿਹਾ ਟੌਪਿਕ ਨਾ ਪਿਆ ਹੋਵੇ ਜਿਹਦੀ ਤੁਸੀਂ ਤਿਆਰੀ ਕਰ ਰਹੇ ਹੋ। ਤੁਸੀਂ ਆਪਦਾ ਸਿਲੇਬਸ ਵੇਖੋ, ਸਿਲੇਬਸ ਵਿੱਚ ਜਿਹੜਾ ਟੌਪਿਕ ਹੈਗਾ ਆ ਉਹਨੂੰ ਤੁਸੀਂ ਜੇਕਰ YouTube 'ਤੇ ਸਰਚ ਕਰੋਗੇ ਤਾਂ ਕਿਸੇ ਨਾ ਕਿਸੇ ਨੇ, ਕਿਸੇ ਵੀ ਯੂਟਿਊਬਰ ਨੇ ਉਸ ਟੌਪਿਕ 'ਤੇ ਵੀਡੀਓ ਜ਼ਰੂਰ ਬਣਾਈ ਹੋਊਗੀ। ਕਹਿਣ ਦਾ ਭਾਵ ਇਹ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਕਮੈਂਟ ਕਰਨ ਦਾ, ਜਾਂ ਫਿਰ ਜਦੋਂ ਵੀ ਮੈਨੂੰ DM ਆ ਜਾਂਦੇ ਆ, ਕਮੈਂਟ ਆ ਜਾਂਦੇ ਆ ਕਿ ਸਰ ਤੁਸੀਂ ਪਲੀਜ਼ ਸਾਨੂੰ ਕੋਚਿੰਗ ਦੇ ਸਕਦੇ ਹੋ, PSTET ਦੀ ਪੈਸੇ ਵੀ ਲੈ ਲਿਓ, ਜਾਂ ਫਿਰ ਤੁਸੀਂ ਪਲੀਜ਼ ਨੋਟਸ ਪ੍ਰੋਵਾਈਡ ਕਰਵਾ ਦਿਓ, ਪੈਸੇ ਲੈ ਲਿਓ। ਤੋ ਸੋ ਦੋਸਤੋ, ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ। ਜੇ ਨੋਟਸ ਹੋਣ ਵੀ ਮੇਰੇ ਕੋਲ ਤਾਂ ਮੈਨੂੰ ਕੀ ਲੋੜ ਹੈਗੀ ਆ ਪੈਸੇ ਲੈਣ ਦੀ, ਮੈਂ ਵੈਸੇ ਹੀ ਭੇਜ ਦਿੰਦਾ ਹੁੰਦਾ ਆਪਣੇ ਟੈਲੀਗ੍ਰਾਮ ਚੈਨਲ 'ਤੇ। ਈਵਨ ਆਪਣੇ YouTube ਚੈਨਲ 'ਤੇ ਵੀ ਆਪਾਂ 3-4 ਸਾਲਾਂ ਤੋਂ ਜਿਹੜਾ ਕੰਟੈਂਟ ਪ੍ਰੋਵਾਈਡ ਕਰਵਾ ਰਹੇ ਹਾਂ ਸਾਰਾ ਕੁਝ ਫ੍ਰੀ ਆਫ ਕੋਸਟ ਹੈਗਾ ਆ। ਬਟ ਕੁਝ ਸਟੂਡੈਂਟ ਨੂੰ ਇਹ ਲੱਗਦਾ ਕਿ ਇਹ ਜਿਹੜਾ ਇਹ ਪਰਸਨ ਹੈ ਫ੍ਰੀ ਕਰਵਾ ਰਿਹਾ ਵਿਦਆਊਟ ਐਨੀ ਪ੍ਰੋਫਿਟ ਮੋਟਿਵ ਕਰਵਾ ਰਿਹਾ, ਅਤੇ ਮੇ ਬੀ ਜਿਹੜਾ ਕੰਟੈਂਟ ਹੈਗਾ ਇੰਨਾ ਵਧੀਆ ਨਾ ਹੋਵੇ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਮੇਰੀ ਰੋਜ਼ੀ ਰੋਟੀ ਵੈਸੇ ਵੀ ਸਕੂਲ ਤੋਂ ਜਿਹੜੀ ਮੈਨੂੰ ਇਨਕਮ ਜਨਰੇਟ ਹੁੰਦੀ ਹੈਗੀ ਆ ਜਿੱਥੇ ਮੈਂ ਟੀਚ ਕਰਦਾ ਹਾਂ ਉਹਦੇ ਨਾਲ ਚੱਲ ਜਾਂਦੀ ਆ। ਸੋ ਮੈਨੂੰ ਕੀ ਲੋੜ ਹੈ ਵੀ ਮੈਂ ਇੱਥੋਂ ਪ੍ਰੋਫਿਟ ਜਨਰੇਟ ਕਰਾਂ। ਮੇਰਾ ਮੇਨ ਮੋਟਿਵ ਇਹੀ ਹੁੰਦਾ ਕਿ ਆਪਣੇ ਕੰਟੈਂਟ ਦੇ ਥਰੂ ਜਿਹੜੇ ਜ਼ਰੂਰਤਮੰਦ ਸਟੂਡੈਂਟ ਹੈਗੇ ਆ ਉਹਨਾਂ ਦੀ ਹੈਲਪ ਕੀਤੀ ਜਾਵੇ। ਜਿਹੜੀਆਂ ਗੱਲਾਂ ਮੈਨੂੰ ਪਤਾ ਨੇ, ਪਤਾ ਤਾਂ ਮੈਨੂੰ ਵੀ ਸਾਰਾ ਕੁਝ ਨਹੀਂ, ਬਟ ਜਿੰਨਾ ਕੁਝ ਮੈਨੂੰ ਪਤਾ ਉਹ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਇਸ ਮੋਟਿਵ ਨਾਲ ਹੀ ਮੈਂ ਇਸ ਚੈਨਲ ਨੂੰ ਚਲਾ ਰਿਹਾ। ਸੋ ਜਿਹੜੇ ਵੀ ਸਾਥੀ ਇਹ ਕੰਮ ਕਰਦੇ ਨੇ, ਨੋਟਸ ਦੀ ਭਾਲ ਦੀ ਮੈਂ ਗੱਲ ਕਰ ਰਿਹਾ ਕਿ ਲੱਭਦੇ ਰਹਿੰਦੇ ਨੇ ਇੱਧਰ ਉੱਧਰ, ਅਤੇ ਲਾਸਟ 'ਤੇ ਟਾਈਮ 'ਤੇ ਉਹਨਾਂ ਕੋਲ ਟਾਈਮ ਨਹੀਂ ਬਚਦਾ ਆਪਦੇ ਪੇਪਰ ਦੀ ਤਿਆਰੀ ਕਰਨ ਦਾ, ਉਹ ਸਾਥੀ ਇਹ ਕੰਮ ਨਾ ਕਰਨ। PSTET ਦੀ ਹੀ ਗੱਲ ਕਰੀਏ ਤਾਂ ਆਪਣੇ ਚੈਨਲ 'ਤੇ 70 ਤੋਂ ਲੈ ਕੇ 80% ਦਾ ਜਿਹੜਾ ਸਿਲੇਬਸ ਹੈਗਾ ਆ ਫ੍ਰੀ ਕੋਚਿੰਗ ਕਹਿ ਸਕਦੇ ਹੋ ਤੁਸੀਂ, ਉਹਦਾ ਕੰਟੈਂਟ ਆਪਣੇ ਚੈਨਲ 'ਤੇ ਆਲਰੇਡੀ ਹੈਗਾ ਆ। ਭਾਵੇਂ ਉਹ ਪੰਜਾਬੀ ਪੈਡਾਗੋਜੀ ਹੋਵੇ, ਚਾਈਲਡ ਡਿਵਲਪਮੈਂਟ ਐਂਡ ਪੈਡਾਗੋਜੀ ਹੋਵੇ, ਇੰਗਲਿਸ਼ ਪੈਡਾਗੋਜੀ ਹੋਵੇ, ਜਾਂ ਫਿਰ SST ਹੋਵੇ, ਐਂਡ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਹੈਗਾ ਫ੍ਰੀ ਆਫ ਕੋਸਟ ਤੁਹਾਨੂੰ ਪ੍ਰੋਵਾਈਡ ਕਰਾਉਂਦੇ ਰਹਾਂਗੇ। ਬਾਕੀ ਤੁਸੀਂ ਆਪਦਾ ਜਿਹੜਾ ਦਿਮਾਗ ਹੈਗਾ ਆ ਥੋੜ੍ਹਾ ਜਿਹਾ ਸਹੀ ਡਾਇਰੈਕਸ਼ਨ ਵਿੱਚ ਲੈ ਕੇ ਜਾਓ। ਜਿਹੜਾ ਤੁਸੀਂ ਟਾਈਮ ਵੇਸਟ ਕਰਦੇ ਹੋ ਨੋਟਸ ਦੀ ਭਾਲ ਕਰਨ ਦੇ ਵਿੱਚ, ਉਹ ਕੰਮ ਨਾ ਕਰਿਆ ਕਰੋ, ਕਿਉਂਕਿ ਜਦੋਂ ਇਗਜ਼ਾਮ ਆ ਗਿਆ ਉਦੋਂ ਤੁਹਾਡੇ ਕੋਲ ਸਮਾਂ ਨਹੀਂ ਬਚੇਗਾ ਤਿਆਰੀ ਕਰਨ ਦਾ। ਸੋ ਕੰਸਨਟ੍ਰੇਟ ਵਧੀਆ ਤਰੀਕੇ ਨਾਲ ਕਰੋ ਆਪਦੀ ਪੜ੍ਹਾਈ ਦੇ ਵਿੱਚ, ਐਂਡ ਇਸ ਨੋਟ ਨਾਲ ਹੀ ਵੀਡੀਓ ਨੂੰ ਕਰਦੇ ਆ ਖਤਮ। ਜਿਹੜੇ ਸਾਥੀ ਟੀਚਿੰਗ ਇਗਜ਼ਾਮ ਦੀ ਪ੍ਰਿਪਰੇਸ਼ਨ ਕਰ ਰਹੇ ਆ ਜਾਂ ਫਿਰ ਟੀਚਿੰਗ ਇਗਜ਼ਾਮਸ ਨਾਲ ਸੰਬੰਧ ਰੱਖਦੇ ਆ, ਉਹ ਸਾਥੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਗੋਡ ਬਲੈਸ ਯੂ ਆਲ।